ਭਾਜੀ ਅਸੀਂ ਸੀਨੇ ਵੀ ਆਪ ਆ ਤੇ ਸ਼ਰਾਬ ਦੇ ਵੀ ਆਪ ਤੇ ਵੇਚਦੇ ਵੀ ਆਪ ਆ ਭਾਜੀ ਪੂਰੇ ਗੱਲ ਆਈ ਅਸੀਂ 100 ਮੰਗਦੇ ਕਈ ਕੁਛ ਨਾ 200 ਦੇ ਦੇ ਭਾਜੀ ਸੰਗਤ ਵੀ ਖਾਲਸਾਈ ਰੰਗ ਚ ਰੰਗੀ ਨਜ਼ਰ ਆਈ ਹੈ। ਸੜਕਾਂ ਤੇ ਵਿਕਣ ਵਾਲੇ ਖਾਲਸਾਈ ਝੰਡੇ ਕੋਈ ਗੱਡੀ ਤੇ ਲਾ ਕੇ ਘੁੰਮ ਰਿਹਾ ਹੈ ਤੇ ਕੋਈ ਹੱਥਾਂ ਚ ਫੜ ਕੇ ਲਹਿਰਾ ਰਿਹਾ ਹੈ। ਇਸੇ ਲਈ ਝੰਡੇ ਵੇਚਣ ਵਾਲਿਆਂ ਨੂੰ ਮੌਜਾਂ ਲੱਗੀਆਂ ਨੇ। ਸੰਗਤ ਬੜੇ ਹੀ ਚਾਅ ਨਾਲ ਖਾਲਸਾਈ ਝੰਡੇ ਖਰੀਦ ਰਹੀ ਹੈ, ਜਿਸ ਨਾਲ ਦੁਕਾਨਦਾਰ ਵੀ ਖੂਬ ਕਮਾਈ ਕਰ ਰਹੇ ਨੇ ਅਤੇ ਰੱਬ ਦਾ ਸ਼ੁਕਰਾਨਾ ਕਰ ਰਹੇ ਨੇ। ਇਹ ਤਸਵੀਰਾਂ ਬਿਆਸ ਦੀਆਂ ਨੇ, ਜਿੱਥੇ ਸੜਕ ਦੇ ਕੰਢੇ ਖਾਲਸਾਈ ਨਿਸ਼ਾਨ ਦੇ ਨਾਲ ਦੇਗ ਤੇਗ ਫਤਿਹ ਪੰਥ ਕੀ ਜੀਤ ਵਾਲੇ ਝੰਡੇ ਵਿਕਰੇ ਨੇ ਤੇ ਦੁਕਾਨਦਾਰ ਦੇ ਚਿਹਰੇ ਦੀ ਖੁਸ਼ੀ ਤੋਂ ਪਤਾ ਲੱਗਦਾ ਹੈ ਕਿ ਉਸਦੀ ਚੰਗੀ ਕਮਾਈ ਵੀ ਹੋ ਰਹੀ ਹੈ। ਦੁਕਾਨਦਾਰ ਤਾਂ ਇਹ ਵੀ ਕਹਿ ਰਹੇ ਨੇ ਕਿ ਕਿਸੇ ਖਾਲਸੇ ਦੇ ਪਿਆਰੇ ਨੂੰ ਇੰਨਾ ਚਾਅ ਹੁੰਦਾ ਹੈ ਕਿ ਉਸ ਤੋਂ ਝੰਡੇ ਲਈ ਜੇ 100 ਰੁਪਏ ਮੰਗਿਆ ਜਾਏ ਤਾਂ ਉਹ 200 ਰੁਪਏ ਦੇ ਜਾਂਦੇ ਨੇ। ਆਮ ਦਿਨਾਂ ਦੇ ਵਿੱਚ ਜਿੱਥੇ ਰੋਟੀ ਲਈ ਵੀ ਕਮਾਈ ਪੂਰੀ ਨਹੀਂ ਪੈਂਦੀ, ਉੱਥੇ ਹੋਲਾ ਮਹੱਲਾ ਤੇ ਗੁਰੂ ਸਾਹਿਬ ਦੀ ਪੂਰੀ ਚੜ੍ਹਦੀ ਕਲਾ ਹੈ, ਜਿਸ ਲਈ ਇਹ ਦੁਕਾਨਦਾਰ ਹੱਥ ਜੋੜ ਕੇ ਉਸ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰ ਰਿਹਾ ਹੈ। ਮੇਰਾ ਭਾਈ ਉਹ ਤਰ੍ਹਾਂ ਸਬਜ਼ੀ ਦਾ ਕੰਮ ਹੈਗਾ ਤਰਨ ਤਰਨ ਤੇ ਇਹਨਾਂ ਦਿਨਾਂ 'ਚ ਹੋਲੀਆਂ ਨੀ ਝੰਡੇ ਵੇਚਦੇ ਭਾਜੀ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲਾ ਮਹੱਲਾ ਤੇ ਜਿੱਥੇ ਖਾਲਸੇ ਦੀਆਂ ਫੌਜਾਂ ਚ ਉਤਸ਼ਾਹ ਦੇਖਣ ਨੂੰ ਮਿਲਿਆ ਹੈ, ਉੱਥੇ ਹੀ ਸੰਗਤ ਵੀ ਖਾਲਸਾਈ ਰੰਗ ਚ ਰੰਗੀ ਨਜ਼ਰ ਆਈ ਹੈ। ਸੜਕਾਂ ਤੇ ਵਿਕਣ ਵਾਲੇ ਖਾਲਸਾਈ ਝੰਡੇ ਕੋਈ ਗੱਡੀ ਤੇ ਲਾ ਕੇ ਘੁੰਮ ਰਿਹਾ ਹੈ ਤੇ ਕੋਈ ਹੱਥਾਂ ਚ ਫੜ ਕੇ ਲਹਿਰਾ ਰਿਹਾ ਹੈ। ਇਸੇ ਲਈ ਝੰਡੇ ਵੇਚਣ ਵਾਲਿਆਂ ਨੂੰ ਮੌਜਾਂ ਲੱਗੀਆਂ ਨੇ। ਸੰਗਤ ਬੜੇ ਹੀ ਚਾਅ ਨਾਲ ਖਾਲਸਾਈ ਝੰਡੇ ਖਰੀਦ ਰਹੀ ਹੈ, ਜਿਸ ਨਾਲ ਦੁਕਾਨਦਾਰ ਵੀ ਖੂਬ ਕਮਾਈ ਕਰ ਰਹੇ ਨੇ ਅਤੇ ਰੱਬ ਦਾ ਸ਼ੁਕਰਾਨਾ ਕਰ ਰਹੇ ਨੇ। ਇਹ ਤਸਵੀਰਾਂ ਬਿਆਸ ਦੀਆਂ ਨੇ, ਜਿੱਥੇ ਸੜਕ ਦੇ ਕੰਢੇ ਖਾਲਸਾਈ ਨਿਸ਼ਾਨ ਦੇ ਨਾਲ ਦੇਗ ਤੇਗ ਫਤਿਹ ਪੰਥ ਕੀ ਜੀਤ ਵਾਲੇ ਝੰਡੇ ਵਿਕਰੇ ਨੇ ਤੇ ਦੁਕਾਨਦਾਰ ਦੇ ਚਿਹਰੇ ਦੀ ਖੁਸ਼ੀ ਤੋਂ ਪਤਾ ਲੱਗਦਾ ਹੈ ਕਿ ਉਸਦੀ ਚੰਗੀ ਕਮਾਈ ਵੀ ਹੋ ਰਹੀ ਹੈ। ਦੁਕਾਨਦਾਰ ਤਾਂ ਇਹ ਵੀ ਕਹਿ ਰਹੇ ਨੇ ਕਿ ਕਿਸੇ ਖਾਲਸੇ ਦੇ ਪਿਆਰੇ ਨੂੰ ਇੰਨਾ ਚਾਅ ਹੁੰਦਾ ਹੈ ਕਿ ਉਸ ਤੋਂ ਝੰਡੇ ਲਈ ਜੇ 100 ਰੁਪਏ ਮੰਗਿਆ ਜਾਏ ਤਾਂ ਉਹ 200 ਰੁਪਏ ਦੇ ਜਾਂਦੇ ਨੇ। ਆਮ ਦਿਨਾਂ ਦੇ ਵਿੱਚ ਜਿੱਥੇ ਰੋਟੀ ਲਈ ਵੀ ਕਮਾਈ ਪੂਰੀ ਨਹੀਂ ਪੈਂਦੀ, ਉੱਥੇ ਹੋਲਾ ਮਹੱਲਾ ਤੇ ਗੁਰੂ ਸਾਹਿਬ ਦੀ ਪੂਰੀ ਚੜ੍ਹਦੀ ਕਲਾ ਹੈ, ਜਿਸ ਲਈ ਇਹ ਦੁਕਾਨਦਾਰ ਹੱਥ ਜੋੜ ਕੇ ਉਸ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰ ਰਿਹਾ ਹੈ। ਮੇਰਾ ਭਾਈ ਉਹ ਤਰ੍ਹਾਂ ਸਬਜ਼ੀ ਦਾ ਕੰਮ ਹੈਗਾ ਤਰਨ ਤਰਨ ਤੇ ਇਹਨਾਂ ਦਿਨਾਂ 'ਚ ਹੋਲੀਆਂ ਨੀ ਝੰਡੇ ਵੇਚਦੇ ਭਾਜੀ
ਦਿਹਾੜੀ ਬਹੁਤ ਵਧੀਆ ਭਾਈ ਪੈਂਦੀ ਹੈ ਜੀ। ਭਾਈ ਮੈਂ 6:30 ਵਜੇ ਆ ਕੇ ਬੈਠਾ ਜੋ, ਅਤੇ ਉਦੋਂ ਹੀ ਸਵੇਰ ਦੀ ਯਾਤਰਾ ਚੱਲਣ ਦੀ ਆ, ਅਤੇ ਬੜੀ ਗੁਰੂ ਸਾਹਿਬ ਦੀ ਕਿਰਪਾ ਭਾਜੀ। ਹਾਂਜੀ ਭਾਜੀ, ਅਸੀਂ ਸੀਨੇ ਵੀ ਆਪ ਆ ਅਤੇ ਸ਼ਾਪ ਦੇ ਵੀ ਆਪ ਅਤੇ ਵੇਚਦੇ ਵੀ ਆਪ ਆ ਭਾਜੀ। 20 ਰੁਪਏ ਤੋਂ ਲਾ ਕੇ 50 ਰੁਪਏ, 70 ਰੁਪਏ, 100 ਰੁਪਏ ਤੱਕ। ਹਾਂਜੀ ਮੈਂ ਭਾਜੀ ਪੂਰੇ ਦੀ ਗੱਲ ਆਈ, ਅਸੀਂ ਜੇ 100 ਮੰਗਦੇ ਨੇ ਕਈ ਖੁਸ਼ੀ ਨਾਲ 200 ਦੇਈਦਾ ਭਾਜੀ। ਹਾਂਜੀ ਮੈਂ ਭਾਜੀ ਪੂਰੇ ਖੁਸ਼ ਆ, ਮਾਲਕ ਦੀ ਇੰਨੀ ਕਿਰਪਾ ਭਾਜੀ। ਮੈਂ ਬਾਬਾ ਜੀ ਦਾ ਬਹੁਤ ਲੱਖ ਲੱਖ ਸ਼ੁਕਰ ਕਰਦਾ ਮਾਲਕ ਦਾ ਕਿ ਇਹਨਾਂ ਦਿਨ ਭਾਜੀ ਹੋਲੀਆਂ ਜੀ ਦੇ ਕੇ ਸਾਡੀ ਰੋਟੀ ਨਹੀਂ ਪੂਰੀ ਆਉਂਦੀ ਘਰ, ਅਤੇ ਮਾਲਕ ਸਾਨੂੰ ਖੁੱਲ੍ਹੇ ਗੱਪੇ ਬਖਸ਼ਣ ਦਾ ਬਹੁਤ।